ਅੱਜ ਤੋਂ 4-5 ਦਿਨ ਪਹਿਲਾਂ ਦਾ ਇਹ ਬੰਬ ਡਿੱਗਾ ਨਿਕਲਿਆ ਇਥੋਂ ਖੇਤਾਂ ਵਿੱਚੋਂ ਪ੍ਰਸ਼ਾਸਨ ਵੀ ਆ ਚੁੱਕਾ ਆਰਮੀ ਵੀ ਆ ਚੁੱਕੀ ਆ ਸਾਰੇ ਹੀ ਦੇਖ ਕੇ ਚਲੇ ਜਾਂਦੇ ਆ ਬੰਬ ਇੱਥੇ ਦਾ ਇੱਥੇ ਹੀ ਆ ਅੱਜ ਤੋਂ 4-5 ਦਿਨ ਪਹਿਲਾਂ ਦਾ ਇਹ ਬੰਬ ਡਿੱਗਾ ਨਿਕਲਿਆ ਇਥੋਂ ਖੇਤਾਂ ਵਿੱਚੋਂ ਪ੍ਰਸ਼ਾਸਨ ਵੀ ਆ ਚੁੱਕਾ ਆਰਮੀ ਵੀ ਆ ਚੁੱਕੀ ਆ ਸਾਰੇ ਹੀ ਦੇਖ ਕੇ ਚਲੇ ਜਾਂਦੇ ਆ ਬੰਬ ਇੱਥੇ ਦਾ ਇੱਥੇ ਹੀ ਆ ਅਸੀਂ ਪ੍ਰਸ਼ਾਸਨ ਅੱਗੇ ਇਹੇ ਬੇਨਤੀ ਕਰਦੇ ਆ ਕਿ ਜਿੰਨੀ ਵੀ ਜਲਦੀ ਤੋਂ ਜਲਦੀ ਇਹਨੂੰ ਬੰਬ ਨੂੰ ਚੱਕਿਆ ਜਾਵੇ ਕਿਤੇ ਹੋਰ ਜਗ੍ਹਾ ਸੇਫ ਜਗ੍ਹਾ ਖੜ ਕੇ ਇਹਨੂੰ ਟ੍ਰਾਂਸਫਰ ਕੀਤਾ ਜਾਵੇ ਜਿੱਦਾਂ ਆਰਮੀ ਵਾਲੇ ਆਏ ਸੀਗੇ ਉਹ ਕਹਿ ਰਿਹਾ ਪਈ ਅਸੀਂ ਅੱਗੇ ਸਾਡੀ ਮਾਈ ਲਿਖਤ ਪਰਤ ਕਰਕੇ ਕੋਈ ਵੀ ਅਸੀਂ ਅੱਗੇ ਬਦਦੀਤੀ ਆ ਰਿਪੋਰਟ ਕਰਤੀ ਆ ਜੋ ਸਾਨੂੰ ਰਿਪੋਰਟ ਆਏਗੀ ਫੇ ਅਸੀਂ ਚੱਕਾਂਗੇ ਅੱਜ ਪੰਜ ਪੰਜਵਾਂ ਛੇਵਾਂ ਦਿਨ ਹੋ ਗਿਆ ਇਹ ਤੋਂ ਆਰਮੀ ਆਰਮੀ ਵੀ ਹੋ ਕੇ ਚਲ ਗਈ ਆ ਪੰਜਾਬ ਪੁਲਿਸ ਲੱਗੀ ਹੋਈ ਆ ਪੰਜਾਬ ਪੁਲਿਸ ਦਾ ਵਿਚਾਰੀ ਦਾ ਕੀ ਕੀ ਗਲਤੀ ਕਰ ਬੈਠੇ ਆ ਇਹ ਧੁੱਪੇ ਬੈਠੇ ਆ ਸਾਰੇ ਅਸੀਂ ਇਹ ਕਰਦੇ ਆ ਪ੍ਰਸ਼ਾਸਨ ਅੱਗੇ ਮੰਗ ਪਜਿੰਡੀ ਵੀ ਪੁਲਿਸ ਆ ਤੇ ਇਹਨਾਂ ਨੂੰ ਚੰਗੀ ਡਿਊਟੀ ਕਰਾਈ ਜਾਵੇ ਇਹ ਜਿਹੜੀ ਚੀਜ਼ ਹੈ ਬੰਬ ਇਹਨੂੰ ਉੱਥੇ ਚੁਕਾ ਕੇ ਸੇਫ ਜਗ੍ਹਾ ਤੇ ਕੱਲਿਆ ਜਾਵੇ ਤੇ ਜਿਹੜਾ ਪਿੰਡ ਵਿੱਚ ਦਸ ਦਾ ਮਾਹੌਲ ਬਣਿਆ ਇਹ ਵੀ ਸਾਡੀ ਵੀ ਜਿਹੜੀ ਦਸ ਤਾਂ ਇਹ ਖਤਮ ਹੋ ਜਾਵੇ ਦੇਖੋ ਇਹ ਕੋਈ ਵੀ ਗੱਲ ਹੁੰਦੀ ਆ ਕਿਸੇ ਕੋਈ ਵੀ ਬੰਦਾ ਗੱਲ ਕਰਦਾ ਆ ਕਹਿੰਦੇ ਵੀ ਐਡਾ ਵੱਡਾ ਬੰਬ ਹੈ ਅਗਰ ਜੇ ਮਨ ਲਓ ਕੋਈ ਗੱਲਬਾਤ ਹੋ ਜਾਂਦੀ ਆ ਰੱਬ ਨਾ ਕਰੇ ਤੇ 1 ਕਿਲੋਮੀਟਰ ਚਾਰੇ ਪਾਸੇ ਮਾਰ ਕਰ ਸਕਦਾ ਅਸੀਂ ਪ੍ਰਸ਼ਾਸਨ ਅਗੇ ਇਹ ਹੀ ਬੇਨਤੀ ਕਰਦੇ ਆਂ ਵੀ ਨਾਲ ਲੱਗਦੇ ਸਾਡੇ ਰੇਲਵੇ ਸਟੇਸ਼ਨ ਹੈ ਅਸੀਂ ਇਹ ਹੀ ਕਹਿੰਦੇ ਆਂ ਵੀ ਜਿੰਨੀ ਜਲਦ ਤੋਂ ਜਲਦ ਇਹਨੂੰ ਚੱਕਿਆ ਜਾਵੇ ਤੇ ਇਹਨੂੰ ਸੇਫ ਜਗ੍ਹਾ ਤੇ ਕਰਕੇ ਲਿਜਾ ਕੇ ਤੇ ਡਿਸਪੋਜ਼ ਕੀਤਾ ਜਾਵੇ ਦੇਖੋ ਜੀ ਮੈਂ ਕਹਿਣਾ ਚਾਹੁੰਦਾ ਕਿ ਜਿਹੜਾ ਇਹ ਬੰਬ ਹੈ ਚਾਰ ਪੰਜ ਦਿਨ ਤੋਂ ਇੱਥੇ ਰੱਖਿਆ ਪਿਆ ਆ ਤੇ ਰਿਆ ਸ਼ਿਲਾ ਕਾਗਾ ਛੋਟੇ ਬੱਚੇ ਵੀ ਘੁੰਮਦੇ ਆ ਲੱਗੇ ਰੇਲਵੇ ਸਟੇਸ਼ਨ ਹੈਗਾ ਪਿੰਡ ਦੇ ਵਿੱਚ ਬਹੁਤ ਜ਼ਿਆਦਾ دہشت ਦਾ ਮਾਹੌਲ ਬਣਿਆ ਗਿਆ ਇਹ ਹੁਣ ਪਤਾ ਨਹੀਂ ਕੀ ਗੱਲ ਹੈਗੀ ਆ ਕਿ ਇਹਨੂੰ ਲੈ ਕੇ ਕਿਉਂ ਨਹੀਂ ਜਾ ਰਹੇ ਇਥੋਂ ਜਿੰਨੀ ਜਲਦੀ ਹੋ ਸਕਦਾ ਹੈ ਇਹਨੂੰ ਲੈ ਕੇ ਜਾਣੇ ਤੋਂ ਵੀ ਪਿੰਡ ਦੇ ਵਿੱਚ ਜਿਹੜਾ ਜੋ ਵੀ دہشت ਹੈਗੀ ਹੈ ਖਤਮ ਕੀਤੀ ਜਾਏ ਲੱਗੇ ਕੋਈ ਨਾ ਕੋਈ ਨੁਕਸਾਨ ਹੋ ਸਕਦਾ ਰੇਲਵੇ ਸਟੇਸ਼ਨ ਆ ਸੈਲਰਾਂ ਲੱਗੇ ਹੋਰ ਵੀ ਬੱਚੇ ਵਗੈਰਾ ਘੁੰਮਦੇ ਖੇਡਦੇ ਆ ਹੁਣ ਪਤਾ ਨਹੀਂ ਕਿਹੜੇ ਵੇਲੇ ਕੋਈ ਇਧਰ ਨੂੰ ਆ ਜੇ ਬੰਬਤ ਸੰਬੰਧੀ ਜੀ ਉੱਥੇ ਅਸੀਂ ਪ੍ਰੋਪਰ ਗਾਰਡ ਲਾਈ ਹੋਈ ਆ ਬੰਬ ਦੇ ਆਲੇ ਦੁਆਲੇ ਰਸੀਆਂ ਬੰਨ ਕੇ ਟੇਪ ਲਾ ਕੇ ਵੀ ਕੋਈ ਨੇੜੇ ਨਾ ਜਾਵੇ ਇਸ ਸਬੰਧੀ ਅਸੀਂ ਪਹਿਲਾਂ ਹਲਵਾਰੇ 에ਰਪੋਰਟ ਤੇ ਲਿਖ ਕੇ ਭੇਜਿਆ ਸੀ ਤੇ ਉਹਨਾਂ ਤੋਂ ਫਿਰ ਗਾਂ ਸਾਡੀ ਪਹਿਲਾਂ ਵੀ ਬੰਬਤ ਸੋਲਡਰ ਟੀਮ ਆਈ ਸੀ ਉਸ ਤੋਂ ਬਾਅਦ ਨੈਕਸਟ ਅਸੀਂ ਇੱਥੇ ਉੱਚੀ ਬਸੀਂ ਪ੍ਰੋਪਰ ਚੈਨ ਸਾਡੇ ਡਿਊਟੀ ਸਾਹਿਬ ਵੱਲੋਂ ਮਾਨਜੋਗ ਐਸਐਸਪੀ ਸਾਹਿਬ ਤੇ ਉਹਨਾਂ ਨੇ ਅੱਗੇ ਮਾਨਜੋਗ ਡੀਸੀ ਸਾਹਿਬ ਨੂੰ ਭੇਜਿਆ ਡੀਸੀ ਸਾਹਿਬ ਨੇ ਅੱਗੇ ਕਮਾਂਡਰ ਸਾਹਿਬ ਨੂੰ ਭੇਜਿਆ ਹੈ ਜੀ ਲਿਖ ਕੇ ਹੁਣ ਵੀ ਜਸ ਸਾਡੀ 10 ਮਿੰਟ ਪਹਿਲਾਂ ਮੇਰੀ ਗੱਲ ਹੋਈ ਜਾ ਉੱਚੀ ਬਸੀਂ ਉਹਨਾਂ ਨੇ ਆਪਣੇ ਮਿਨਿਸਟਰੀ ਨੂੰ ਭੇਜਿਆ ਜਦੋਂ ਵੀ ਉਹਨਾਂ ਕੋਲ ਆ ਗਿਆ ਤੇ ਬਾਬੋ ਚੱਕਿਆ ਜਾਊਗਾ ਜੀ ਇੱਥੋਂ ਲੇਕਿਨ ਲੋਕੀ ਪੈਨਿਕ ਹੋ ਰਹੇ ਨੇ ਕਿ ਕਿਤੇ ਕੋਈ ਕੋਈ ਗਲਤ ਘਟਨਾ ਨਾ ਹੋ ਜੇ ਕਿਸਨਾ ਕੋਈ ਨੁਕਸਾਨ ਹੋ ਜੇ ਬਟਾ ਕਿ ਕਿ ਉਹਨੇ ਜੀ ਇਸ ਸਬੰਧੀ ਜਿਹੜੀ ਸਾਡੀ ਬੰਬਸ ਖੋਜਣ ਟੀਮ ਵੀ ਆਈ ਸੀ ਤੇ ਫੌਜ ਦੀ ਉੱਚੀ ਬਸਤੀ ਤੋਂ ਟੀਮ ਆਈ ਸੀ ਉਹਨਾਂ ਨੇ ਕਹੇ ਖਤਰੇ ਵਾਲੀ ਕੋਈ ਗੱਲ ਨਹੀਂ ਕਿ ਜਿਹੜਾ ਘੱਤਰ ਤੋਂ ਲੈ ਕੇ ਹੁਣ ਤੱਕ ਨਹੀਂ ਫਟਿਆ ਤਾਂ ਏਡੀ ਜਲਦੀ ਤਾਂ ਫਟਣ ਵਾਲੀ ਕੋਈ ਗੱਲ ਨਹੀਂ ਤੇ ਉਹ ਕੋਈ ਪ੍ਰੋਬਲਮ ਨਹੀਂ ਸੀ ਪਰ ਅਸੀਂ ਨੇੜੇ ਜਾਣ ਤੋਂ ਜਿਹੜਾ ਲੋਕਾਂ ਦੇ ਉੱਥੇ ਗਾਰਡ ਲਾਈ ਹੋਈ ਹੈ ਜੀ